ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਅਤੇ ਨਿੱਘੀ ਗੋਦ ਵਿੱਚ ਜੁੜਨ ਬੈਠੀ ਸਾਧ ਸੰਗਤ ਜੀ, ਆਓ ਗੱਜ ਵੱਜ ਕੇ ਦਸ਼ਮੇਸ਼ ਪਿਤਾ ਦੀ ਬਖਸ਼ੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਨਿਰੋਲ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਸੋਢੀ ਅਤੇ ਸਮੁੱਚੀ ਸੰਗਤ ਜੋ ਅੱਜ 14ਵੇਂ ਵਿਸ਼ਾਲ ਨਗਰ ਕੀਰਤਨ ਛਾਲਦੀ ਭਰ ਰਹੀ ਹੈ, ਆਪ ਸਭ ਜੀ ਨੂੰ ਪਾਕਿਸਤਾਨ ਸਰਕਾਰ ਦੀ ਤਰਫੋਂ, ਅਵੈਕਿਊ ਟਰੱਸਟ ਪ੍ਰੋਪਰਟੀ ਬੋਰਡ, ਪ੍ਰੋਜੈਕਟ ਮੈਨੇਜਮੈਂਟ ਯੂਨਿਟ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਸ ਤੌਰ 'ਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਗੋਬਿੰਦ ਸਿੰਘ ਤਰਫੋਂ ਇੱਕ ਵਾਰ ਫਿਰ ਦੋ ਹੱਥ ਜੋੜ ਕੇ ਫਤਿਹ ਗੁਜਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜੀਆਂ ਨੂੰ ਆਖਦਾ ਹਾਂ, ਆਪਾਂ ਜੇਕਰ ਗੁਰੂ ਨਾਨਕ ਪਾਤਸ਼ਾਹ ਦੇ ਵਿਹੜੇ ਦੀ ਗੱਲ ਕਰੀਏ ਤਾਂ ਇਹ ਉਹ ਵਿਹੜਾ ਹੈ ਜਿੱਥੇ ਮੇਰੀ ਅਤੇ ਤੁਹਾਡੀ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦਾ ਆਖਰੀ 18 ਸਾਲ ਦਾ ਪਵਿੱਤਰ ਸਮਾਂ ਇਸ ਪਵਿੱਤਰ ਧਰਤੀ 'ਤੇ ਬਤੀਤ ਕੀਤਾ। ਸੋ ਬਹੁਤ ਹੀ ਵਡਭਾਗੀ ਹਾਂ ਕਿ ਅੱਜ ਆਪਾਂ ਭਾਰਤ ਤੋਂ ਆਈ ਹੋਈ ਸੰਗਤ ਲਾਂਘੇ ਦੇ ਰਾਹੀਂ ਜੋ ਇੱਥੇ ਬਾਬੇ ਨਾਨਕ ਦੇ ਵਿਹੜੇ 'ਚ ਪਹੁੰਚੇ ਹਾਂ, ਇਸ ਵਿਸ਼ਾਲ ਨਗਰ ਕੀਰਤਨ ਜੋ ਗੁਰੂ ਨਾਨਕ ਪਾਤਸ਼ਾਹ ਦਾ 555ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਸ 'ਤੇ ਇਕੱਤਰ ਹੋਏ ਹਾਂ। ਸੋ ਆਓ ਜੈਕਾਰੇ ਦੇ ਨਾਲ ਆਪਾਂ ਸਾਰੇ ਦੂਜੇ ਨੂੰ ਵਧਾਈ ਦੇਈਏ। ਬੋਲੇ ਸੋ ਨਿਹਾਲ ਭਾਈ ਸਾਹਿਬ ਸਿੰਘ ਜੀ, ਬਹੁਤ ਸਾਰੇ ਮੇਰੇ ਵੀਰ, ਬਹੁਤ ਸਾਰੀਆਂ ਮੇਰੀਆਂ ਮਾਤਾਵਾਂ ਭੈਣਾਂ ਐਸੀਆਂ ਹੋਣਗੀਆਂ ਜਿਨ੍ਹਾਂ ਨੇ ਦੂਜੀ ਵਾਰ ਤੀਜੀ ਵਾਰ ਇਸ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ, ਲੇਕਿਨ ਬਹੁਤ ਸਾਰੇ ਪ੍ਰਾਣੀ ਐਸੇ ਹਨ ਜੋ ਪਹਿਲੀ ਵਾਰ ਆਪਣੀਆਂ 75 ਸਾਲਾਂ ਦੀਆਂ ਅਰਦਾਸਾਂ, ਮੰਗਾਂ, ਬੇਨਤੀਆਂ ਤੋਂ ਬਾਅਦ ਅੱਜ ਇਸ ਬੇਬੇ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਅੱਜ ਚਰਨਾਂ ਦੇ ਵਿੱਚ ਪਹੁੰਚੇ ਹਾਂ। ਸੋ ਇਹ ਉਹ ਲਾਂਘਾ ਹੈ ਜੋ ਭਾਰਤ ਔਰ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਗੁਰੂ ਘਰ, ਜਿਵੇਂ ਅੱਜ ਆਪਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਪੰਜ ਤਖਤਾਂ ਦੇ ਦਰਸ਼ਨ ਕਰਦੇ ਹਾਂ, ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਦੇ ਹਾਂ, ਇਹ ਗੁਰੂ ਘਰ ਇਸੇ ਤਰੀਕੇ ਨਾਲ ਹੀ ਇੱਥੇ ਮਹਾਰਾਜ ਦੇ ਪ੍ਰਕਾਸ਼ ਹੁੰਦੇ ਸਨ, ਸੰਗਤਾਂ ਆਉਂਦੀਆਂ ਸਨ, ਜੋੜ ਮੇਲੇ ਲੱਗਦੇ ਸਨ, ਸੁਬਹਾ ਸ਼ਾਮ ਇੱਥੇ ਦੀਵਾਨ ਸਜਦੇ ਸਨ। ਲੇਕਿਨ ਭਾਰਤ ਔਰ ਪਾਕਿਸਤਾਨ ਦੀ ਵੰਡ ਤੋਂ ਬਾਅਦ ਜਦੋਂ ਦੋਨੋਂ ਦੇਸ਼, ਦੋਨੋਂ ਪੰਜਾਬ ਮੈਂ ਤਾਂ ਕਹਿੰਦਾ ਹੁੰਦਾ, ਜਦੋਂ ਅੱਡ ਹੋ ਗਏ ਅਤੇ ਗੁਰੂ ਘਰ ਦੇ ਵਿੱਚ ਜੋ ਸੇਵਾ ਚੱਲ ਰਹੀ ਸੀ ਉਹ ਕੁਛ ਅਰਸੇ ਲਈ ਬੰਦ ਹੋ ਗਈ। ਲੇਕਿਨ ਸਾਡੀਆਂ ਅੱਖਾਂ ਉੱਦਾਂ ਦੀਆਂ ਨਹੀਂ ਸੀ, ਉਹ ਬੰਦ ਨਹੀਂ ਸੀ ਹੋਈ, ਗੁਰੂ ਨਾਨਕ ਪਾਤਸ਼ਾਹ ਦਾ ਨੂਰਾਨੀ ਨੂਰ ਇੱਥੇ ਉਦੋਂ ਵੀ ਚਮਕਦਾ ਸੀ। ਸੋ ਤਕਰੀਬਨ ਲਗਭਗ 53 ਸਾਲ, ਅੱਧੀ ਸਦੀ ਜਿਹੜੀ ਹੈ ਜੀ, ਗੁਰੂ ਘਰ ਬੰਦ ਰਿਹਾ। ਸੋ ਪਾਕਿਸਤਾਨ ਸਰਕਾਰ ਨੇ ਸਨ 2000 'ਚ ਇਸ ਗੁਰੂ ਘਰ ਨੂੰ ਦੁਬਾਰਾ ਖੋਲ੍ਹਣ ਦੀ ਪ੍ਰਵਾਨਗੀ ਬਖਸ਼ੀ। ਸੋ 2000 ਤੋਂ ਲੈ ਕੇ 2018 ਤੱਕ ਇੱਥੇ ਮਹਾਰਾਜ ਦੇ ਪ੍ਰਕਾਸ਼ ਹੋਣੇ ਸ਼ੁਰੂ ਹੋ ਗਏ, ਭਾਰਤ ਤੋਂ ਜਿਹੜੀਆਂ ਆਉਣ ਵਾਲੀਆਂ ਸੰਤਾਂ ਸਨ ਮਾਘੇ ਦੇ ਰਾਹੀਂ ਉਹ ਦਰਸ਼ਨ ਕਰਨੇ ਸ਼ੁਰੂ ਹੋ ਗਈਆਂ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਹਮੇਸ਼ਾ ਆਪਣੀ ਸੰਗਤ 'ਤੇ ਤਰਸ ਦਾ ਹੱਥ ਰੱਖਿਆ ਹੈ। ਸੋ ਸਾਡੀਆਂ ਜਿਹੜੀਆਂ ਅਰਦਾਸਾਂ ਜੋ ਸੁਬਹਾ ਸ਼ਾਮ ਆਪਾਂ ਕਰਦੇ ਹਾਂ ਕਿ ਉਹਨਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਮਿਲਣ, ਜਿਨ੍ਹਾਂ ਦੀ ਸੇਵਾ ਸੰਭਾਲ ਸੰਗਤ ਕਰੇ। ਸੋ ਪਾਤਸ਼ਾਹ ਨੇ ਫਿਰ ਤਰਸ ਦਾ ਹੱਥ ਰੱਖਦਿਆਂ ਹੋਇਆਂ 75 ਸਾਲਾਂ ਬਾਅਦ ਇਸ ਲਾਂਘੇ ਨੂੰ ਖੁੱਲ੍ਹਣ ਦੀ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਵਾਨਗੀ ਬਖਸ਼ੀ। ਸੋ 2018 ਦੇ ਵਿੱਚ ਪਾਕਿਸਤਾਨ ਸਰਕਾਰ ਔਰ ਭਾਰਤ ਸਰਕਾਰ ਦੇ ਤਾਲਮੇਲ ਦੇ ਨਾਲ ਇਹ ਉਹ ਲਾਂਘਾ ਜਿੱਥੋਂ ਪੰਜਾਬ ਦੀ ਸੰਗਤ, ਖਾਸ ਤੌਰ 'ਤੇ ਪੰਜਾਬ ਦੀ ਸੰਗਤ, ਤੁਸੀਂ 'ਤੇ ਖੜ੍ਹੇ ਹੋ ਕੇ ਦੂਰਬੀਨ ਨਾਲ ਦਰਸ਼ਨ ਕਰਦੇ ਹੋਏ
ਭਰੇ ਹੋਏ ਹਿਰਦਿਆਂ ਦੇ ਨਾਲ ਹੰਝੂ ਉੱਥੇ ਹੀ ਰੋੜ ਕੇ ਵਾਪਸ ਚੱਲ ਜਾਂਦੇ ਸਨ ਖਾਲੀ ਝੋਲੀਆਂ ਲੈ ਕੇ ਕਿ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਇਸ ਲਾਂਘੇ ਦੀ ਦਾਤ ਬਖਸ਼ੋ। ਸੋ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ ਅਤੇ 9 ਨਵੰਬਰ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ 550ਵਾਂ ਪ੍ਰਕਾਸ਼ ਪੁਰਬ ਸੀ 9 ਨਵੰਬਰ 2019 ਨੂੰ ਇਹ ਲਾਂਘਾ ਸੰਗਤਾਂ ਵਾਸਤੇ ਖੁੱਲ੍ਹ ਗਿਆ ਅਤੇ ਇੱਥੋਂ ਹੁਣ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਬਗੈਰ ਵੀਜ਼ੇ ਦੇ ਰਾਹੀਂ ਪਾਕਿਸਤਾਨ ਦੀ ਪਵਿੱਤਰ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਹਨ। ਅਤੇ ਬਿਲਕੁਲ ਇਵੇਂ ਹੈ ਜਿਵੇਂ ਇੱਕ ਮਨੁੱਖ ਬਗੈਰ ਆਕਸੀਜਨ ਤੋਂ ਆਪਣਾ ਜੀਵਨ ਬਤੀਤ ਕਰ ਰਿਹਾ ਹੋਵੇ। ਆਪਾਂ ਸਾਰੇ ਜਾਗਰੂਕ ਹੈ ਇਸ ਗੱਲ ਤੋਂ ਜੋ ਭਾਰਤ ਔਰ ਪਾਕਿਸਤਾਨ ਦੇ ਸਰਕਾਰੀ ਲੈਵਲ 'ਤੇ ਸਰਕਾਰਾਂ ਦੇ ਜੋ ਵੀ ਪ੍ਰਬੰਧ ਹੈ ਨੇ ਆਉਣ ਜਾਣ ਦੇ ਪ੍ਰੋਟੋਕੋਲ ਹੈ, ਵੀਜ਼ੇ ਤੋਂ ਬਗੈਰ ਨਹੀਂ ਆ ਸਕਦੇ, ਲੇਕਿਨ ਇਹ ਗੁਰੂ ਨਾਨਕ ਪਾਤਸ਼ਾਹ ਦਾ ਐਸਾ ਵਿਹੜਾ ਹੈ ਜਿੱਥੇ ਆਪਾਂ ਬਗੈਰ ਵੀਜ਼ੇ ਤੋਂ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਇਕੱਠੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਸੋ ਇਹ ਲਾਂਘਾ ਜਿਹੜਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਹੋਰ ਵੀ ਲਾਂਘੇ ਖੁੱਲ੍ਹਣ, ਇਹ ਸਰਦਾਂ ਹੱਦਾਂ ਸਰਦਾਂ ਮੁੱਕ ਜਾਣ ਤਾਂ ਕਿ ਦੋਵੇਂ ਪੰਜਾਬ ਇਕੱਠੇ ਹੋਣ ਅਤੇ ਉੱਧਰ ਦੀਆਂ ਸੰਗਤਾਂ ਇੱਧਰ ਆਉਣ, ਇੱਥੋਂ ਦੀਆਂ ਸੰਗਤਾਂ ਜਾ ਕੇ ਹਰਿਮੰਦਰ ਸਾਹਿਬ ਦਰਸ਼ਨ ਕਰ ਸਕਣ। ਸੋ ਇੱਕ ਵਾਰ ਤੁਹਾਡਾ ਬਹੁਤ ਬਹੁਤ ਸਵਾਗਤ ਫਿਰ ਕਰਾਂਗੇ ਜੀ। ਸੋ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਇਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਆਸਤ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਪਰਸੋਂ ਨਾਲ ਸੇਵਾ ਮਿਲੀ ਹੈ ਸਰਦਾਰ ਰਮੇਸ਼ ਸਿੰਘ ਜੀ ਅਰੋੜਾ, ਆਪ ਜੀ ਨੂੰ ਉੱਥੇ ਸਵਾਗਤ ਕਰਨ ਗਏ ਸਨ। ਸਾਡੇ ਸਤਿਕਾਰਯੋਗ ਚੀਫ ਐਗਜੈਕਟਿਵ ਆਫਿਸਰ ਸਾਹਿਬ ਵੀ ਤੁਹਾਨੂੰ ਸਵਾਗਤ ਕਰਨ ਲਈ ਗਏ ਸਨ। ਡਿਪਟੀ ਸੈਕਟਰੀ ਐਡਮਨ ਸੈਫੁੱਲਾ ਖੋਖਰ ਸਾਹਿਬ ਉਹ ਵੀ ਆਪਦਾ ਸਵਾਗਤ ਕਰਨ ਲਈ ਗਏ ਸਨ, ਔਰ ਸਤਿਕਾਰਯੋਗ ਗਿਆਨੀ ਗੋਬਿੰਦ ਸਿੰਘ ਜੀ ਉਹ ਵੀ ਆਪਦਾ ਵਿਸ਼ਾਲ ਜੋ ਨਗਰ ਕੀਰਤਨ ਭਾਰਤ ਤੋਂ ਆਇਆ ਹੈ ਉਹਨਾਂ ਦਾ ਸਵਾਗਤ ਕਰਨ ਲਈ ਗਏ ਸਨ। ਸੋ ਮੈਂ ਹੁਣ ਬੇਨਤੀ ਕਰਾਂਗਾ ਜੋ ਸੰਗਤਾਂ ਭਾਰਤ ਤੋਂ ਆਈਆਂ ਹਨ ਨਗਰ ਕੀਰਤਨ ਦੇ ਨਾਲ, ਉਹਨਾਂ ਨੂੰ ਪਾਤਸ਼ਾਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ, ਪ੍ਰੋਜੈਕਟ ਮੈਨੇਜਮੈਂਟ ਯੂਨਿਟ ਔਰ ਗੁਰੂ ਘਰ ਦੀ ਤਰਫੋਂ ਸਨਮਾਨਿਤ ਕੀਤਾ ਜਾਏਗਾ। ਸੋ ਮੈਂ ਗਿਆਨੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆਉਣ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਸਨਮਾਨਿਤ ਕਰਨ ਜੀ। ਨਾਲ ਦੀ ਨਾਲ ਮੈਂ ਸੀਓ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਸਟੇਜ 'ਤੇ ਆਉਣ ਅਤੇ ਸੰਗਤਾਂ ਨੂੰ ਸਨਮਾਨਿਤ ਕਰਨ ਜੀ। ਸੈਫੁੱਲਾ ਸਾਹਿਬ ਦੇ ਚਰਨਾਂ ਜੀ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਉਣ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਕਿ ਜਿੱਥੇ ਆਲਾ ਅਧਿਕਾਰੀ ਆਪਦੇ ਸਵਾਗਤ ਕਰਵਾਏ ਹਨ, ਸਾਡੇ ਹਰ ਧਰਮ ਦੇ ਕੋਈ ਕਰਮਚਾਰੀ ਹੁੰਦੇ ਹਨ, ਕ੍ਰਿਸਚਨ ਧਰਮ ਦੇ ਵੀ ਪਾਸਟਰ ਸਾਹਿਬ ਸਾਡੇ ਕੋਲ ਆਏ ਹੋਏ ਹਨ, ਉਹ ਵੀ ਆਪਦਾ ਸਵਾਗਤ ਕਰਵਾਏ, ਸਨਮਾਨ ਕੀਤਾ ਜਾ ਰਿਹਾ ਹੈ। ਸਤਿ ਸ੍ਰੀ ਅਕਾਲ ਸਰਦਾਰ ਜਗਦੀਪ ਸਿੰਘ ਜੀ ਸੋਢੀ ਜੀ ਹੋਰਾਂ ਦਾ ਹੈੱਡ ਗ੍ਰੰਥੀ ਸਾਹਿਬ ਪਾਸੋਂ, ਸੀਓ ਸਾਹਿਬ ਪਾਸੋਂ, ਗੁਰੂ ਪਾਤਸ਼ਾਹ ਆਪ ਜੀ ਨੂੰ ਇਸੇ ਤਰੀਕੇ ਨਾਲ ਬੇਨਤੀ ਕਰਾਂਗਾ ਗੁਰਪਿਆਰ ਸਿੰਘ ਜੀ ਸੋਢੀ ਦੇ ਚਰਨਾਂ 'ਚ ਕਿ ਉਹ ਵੀ ਸਟੇਜ 'ਤੇ ਆਉਣ ਅਤੇ ਗੁਰੂ ਘਰ ਦਾ ਸਨਮਾਨ ਵਸੂਲ ਕਰੇ। ਸਰਦਾਰ ਗੁਰਪਿਆਰ ਸਿੰਘ ਜੀ ਸੋਢੀ ਸੁਖਮੋਹਨ ਪਾਲ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸਟੇਜ 'ਤੇ ਆਉਣ ਅਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਸੁਖਮੋਹਨ ਪਾਲ ਸਿੰਘ
ਭਾਈ ਮਨਦੀਪ ਸਿੰਘ ਦੇ ਚਰਨਾਂ 'ਚ ਬੇਨਤੀ ਹੈ, ਡਾਕਟਰ ਗੁਰਦਾਸ ਸਿੰਘ ਦੇ ਚਰਨਾਂ 'ਚ ਬੇਨਤੀ ਹੈ, ਕੋਈ ਸਟੇਜ 'ਤੇ ਆਉਣ ਗੁਰੂ ਗ੍ਰੰਥ ਬਖਸ਼ਿਸ਼ ਪ੍ਰਾਪਤ ਕਰਨ ਜੀ। ਭਾਈ ਕੁਲਵਿੰਦਰ ਸਿੰਘ ਜੀ ਧੂਲਕੋਟ, ਬੋਰੇ ਸੋ ਨਿਹਾਲ ਕੁਲਵਿੰਦਰ ਸਿੰਘ ਜੀ ਧੂਲਕੋਟ ਬਾਬਾ ਮਨਜੀਤ ਸਿੰਘ ਜੀ ਗੁਰਦੁਆਰਾ ਖੂਹ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਗੱਤਕੇ ਦੀ ਸੇਵਾ ਨਿਭਾ ਰਹੇ ਸਨ, ਉਹਨਾਂ ਦੇ ਚਰਨ 'ਚ ਬੇਨਤੀ ਹੈ ਕੋਈ ਸਟੇਜ 'ਤੇ ਆ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਬਾਬਾ ਮਨਜੀਤ ਸਿੰਘ ਜੀ ਹਰ ਸਾਲ ਜਦੋਂ ਵੀ ਨਗਰ ਕੀਰਤਨ ਆਉਂਦਾ ਹੈ, ਗੁਰੂ ਪਾਤਸ਼ਾਹ ਨੇ ਬੜੀ ਕੋਸ਼ਿਸ਼ ਕੀਤੀ ਇਹਨਾਂ ਦੇ ਸੀਸ 'ਤੇ, ਔਰ ਪੂਰਾ ਜੋ ਜਥਾ ਆਉਂਦਾ ਹੈ ਬੜੇ ਸਤਿਕਾਰ ਔਰ ਸ਼ਰਧਾ ਦੇ ਨਾਲ ਸੇਵਾ ਨਿਭਾਉਂਦੇ ਹਨ, ਉਹਨਾਂ ਦਾ ਸਤਿਕਾਰ ਕੀਤਾ ਜਾਣਾ ਹੈ। ਭਾਈ ਰਣਦੀਪ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਹੈ ਕੋਈ ਸਟੇਜ 'ਤੇ ਆਉਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਮੈਂ ਬੇਨਤੀ ਕਰਾਂਗਾ ਬੀਬੀ ਸੰਤੋਸ਼ ਕੌਰ ਜੀ ਨੂੰ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ। ਸੋ ਮੈਂ ਭੈਣ ਜੀ ਨੂੰ ਬੇਨਤੀ ਕਰਾਂਗਾ, ਡਾਕਟਰ ਅਤੇ ਮਿਸਰ ਨੂੰ ਕਿ ਮਾਤਾ ਜੀ ਦਾ ਸਨਮਾਨ ਵਸੂਲ ਕਰ ਰਹੇ ਜੀ। ਮਾਤੇ ਦਾ ਸਨਮਾਨ ਵਸੂਲ ਕਰ ਰਿਹਾ ਉਹਨਾਂ ਦੀ ਬੇਟੀ। ਸਤਿ ਸ੍ਰੀ ਅਕਾਲ ਭੈਣ ਜੀ, ਆਪ ਜੀ ਨੂੰ ਬੇਨਤੀ, ਆਪ ਜੀ ਆਪਣਾ ਸਨਮਾਨ ਵੀ ਵਸੂਲ ਕਰੋ। ਬੀਬੀ ਮਹਿੰਦਰ ਕੌਰ ਜੀ ਨੂੰ ਸਨਮਾਨ ਕੀਤਾ ਜਾਣਾ ਪ੍ਰਬੰਧਕਾਂ ਵੱਲੋਂ। ਬੀਬੀ ਬੇਅੰਤ ਕੌਰ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਬੀਬੀ ਕਮਲਜੀਤ ਕੌਰ ਦੇ ਚਰਨਾਂ 'ਚ ਬੇਨਤੀ ਹੈ ਕੋਈ ਸਟੇਜ 'ਤੇ ਆਉਣ। ਸਰਦਾਰ ਸਿਮਰਨ ਸਿੰਘ ਜੀ ਆਏ ਨੇ ਖਾਸ ਤੌਰ 'ਤੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ। ਖੈਰ ਤੇ ਹਰਕਿਰਨਪਾਲ ਕੌਰ ਭੈਣ ਜੀ, ਹਰਕਿਰਨਪਾਲ ਕੌਰ ਦੇ ਚਰਨਾਂ 'ਚ ਬੇਨਤੀ ਹੈ ਕਿ ਸਟੇਜ 'ਤੇ ਆਉਣ ਦੀ ਗੁਰੂ ਘਰ ਦੀ ਬਖਸ਼ਿਸ਼। ਸੋ ਹੁਣ ਮੈਂ ਬੇਨਤੀ ਕਰਾਂਗਾ ਬਾਬਾ ਜੀ ਦੇਵੀ ਵਾਲਾ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਗੁਰੂ ਘਰ ਦਾ ਸੁਰਪਾਉ ਸਮਾਨ ਪ੍ਰਾਪਤ ਕਰੇ। ਭਾਈ ਅਵਤਾਰ ਸਿੰਘ ਜੀ ਬਰਾੜ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਉਣ ਅਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਜਗਜੀਤ ਸਿੰਘ ਜੀ ਭੁਗਤਾਨਾ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਉਣ ਅਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਸੋਢੀ ਸਾਹਿਬ ਸਰਾਏ ਨਾਗਾ ਤੋਂ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਹਰਪਾਲ ਸਿੰਘ ਜੀ ਬੇਦੀ ਦੇ ਚਰਨਾਂ 'ਚ ਬੇਨਤੀ ਹੈ ਕੋਈ ਸਟੇਜ 'ਤੇ ਆਉਣ ਦੀ ਕੋਸ਼ਿਸ਼ ਕਰੋ।
ਬਾਬਾ ਗੁਰਜੀਤ ਸਿੰਘ ਜੀ ਧੂਲਕੋਟ ਤੋਂ ਆਏ ਨੇ, ਸਮਾਨ ਕੋ ਭੇਜੋ ਜਿਸੇ ਦੇ ਨਾਲ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕੋਈ ਸਟੇਜ ਤੇ ਸਮਾਨ ਕੋ ਭੇਜੋ ਮੇਰੇ ਦਾ ਜੀ। ਸੂਰਜ ਭਾਨ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਕੋਈ ਸਟੇਜ ਤੇ ਆ ਕੇ ਗੁਰੂ ਘਰ ਦੀ ਬਖਸ਼ਿਸ਼ ਬੋਲੇ ਸੋਨਿਆ। ਡਾਕਟਰ ਗੁਰਦੀਪ ਕੌਰ ਦੇ ਚਰਨਾਂ 'ਚ ਬੇਨਤੀ ਹੈ ਕਿ ਉਸ ਸਟੇਜ 'ਤੇ ਆਉਣ ਅਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਡਾਕਟਰ ਗੁਰਦੀਪ ਕੌਰ ਡਾਕਟਰ ਗੁਰਦੀਪ ਕੌਰ ਦੇ ਚਰਨਾਂ 'ਚ ਬੇਨਤੀ ਹੈ ਕਿ ਉਸ ਸਟੇਜ 'ਤੇ ਆਉਣ ਅਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਡਾਕਟਰ ਗੁਰਦੀਪ ਕੌਰ ਜੀ ਦਾ ਸਨਮਾਨ ਗੁਰੂ ਘਰ ਦੀ ਬਖਸ਼ਿਸ਼ ਪ੍ਰਵਾਨ ਕਰਨ ਲਈ ਸਟੇਜ ਤੇ ਆਉਣ ਜੀ। ਪੰਜ ਪਿਆਰੇ ਸਾਹਿਬਾਨ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਪ੍ਰਵਾਨ ਕਰਨ। ਭਾਈ ਗੋਵਿੰਦਰ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਕਿ ਵੀ ਸਟੇਜ ਤੇ ਆ ਜਾਣ ਅਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਬੋਲੇ ਸੋਨਿਹਾਲ ਦਾ ਸਨਮਾਨ ਕੀਤਾ ਜਾਣਾ ਹੈ। ਸੋਨਿਹਾਲ ਬੋਲੇ ਸੋਨਿਹਾਲ ਨਿਸ਼ਾਂਤੀ ਸਿੰਘਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਜੋ ਸੇਵਾ ਨਿਭਾਈ ਹੈ ਆਪਾਂ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਦੀ ਸੇਵਾ ਕਬੂਲਣ, ਆਪ ਜੀ ਪਾਸੋਂ ਇਸੇ ਤਰੀਕੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਲੈਂਦੇ ਰਹਿਣ। ਬਹੁਤ ਬਹੁਤ ਧੰਨਵਾਦ ਹੈ। ਬੋਲੇ ਸੋਨਿਹਾਲ ਆਪ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਵੀ ਉਸ ਸਟੇਜ 'ਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਸੇਵਾ ਭਾਈ ਕੁਲਵੰਤ ਸਿੰਘ ਜੀ, ਭਾਈ ਰੂਪ ਸਿੰਘ ਜੀ, ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਉਹਨਾਂ ਦਾ ਸਨਮਾਨ ਵੀ ਆਪ ਜੀ ਦੇ ਲਓ ਜੀ ਅਤੇ ਉਹਨਾਂ ਨੂੰ ਜਾ ਕੇ ਬੋਲੇ ਸੋਨਿਹਾਲ ਬੋਲੇ ਸੋਨਿਹਾਲ। ਸੋ ਹੁਣ ਨਿਰੋਲ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਡਾਕਟਰ ਜਗਦੀਪ ਸਿੰਘ ਜੀ ਵੱਲੋਂ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਪੂਰੇ ਸੰਗਤਾਂ ਵੱਲੋਂ ਸਨਮਾਨ ਕੀਤਾ ਜਾਣਾ ਹੈ। ਸੀਓ ਸਾਹਿਬ ਦਾ, ਡਿਪਟੀ ਸੈਕਟਰੀ ਸਾਹਿਬ ਦਾ, ਗਿਆਨੀ ਜੀ ਦਾ ਅਤੇ ਬਾਕੀ ਪ੍ਰਬੰਧਕਾਂ ਦਾ ਮੈਂ ਡਾਕਟਰ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਸਟੇਜ 'ਤੇ ਆਉਣ।
ਮਾਇਆ ਭੇਟ ਹੋਈ ਹੈ, ਉਹਨਾਂ ਨੇ ਬੇਨਤੀ ਕੀਤੀ ਹੈ ਗੁਰੂ ਘਰ ਅੱਗੇ ਕਿ ਉਹ ਗੁਰੂ ਘਰ ਚ ਭੇਟ ਦਿੱਤੀ ਜਾਏ। ਸੋ ਸੇਵਾਦਾਰ ਉਹਨੇ ਕਹਾ ਕਿ ਮਾਇਆ ਗੁਰੂ ਘਰ ਭੇਟ ਕਰਵਾ ਦੇ, ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਸਨਮਾਨ ਕਰਨਗੇ ਬਿਰਵਲ ਸੇਵਾ ਸੁਸਾਇਟੀ ਤਰਫੋਂ ਸਭ ਤੋਂ ਪਹਿਲੇ ਚੀਫ ਐਗਜ਼ੀਕਟਿਵ ਆਫਿਸਰ ਪ੍ਰੋਜੈਕਟ ਮੈਨੇਜਮੈਂਟ ਜੂਨੀਅਰ ਅਬੂ ਬਕਰ ਅਫਤਾਬ ਸਾਹਿਬ ਦਾ ਸਨਮਾਨ ਕੀਤਾ ਜਾਣਾ ਹੈ ਨਿਰੋਲ ਸੇਵਾ ਸੁਸਾਇਟੀ ਦੀ ਤਰਫੋਂ। ਮੁੱਖ ਸੇਵਾਦਾਰ ਡਾਕਟਰ ਜਗਦੀਪ ਸਿੰਘ ਜੀ ਸੋਢੀ ਜੀ ਦੀ ਤਰਫੋਂ ਸੀਓ ਸਾਹਿਬ ਦਾ, ਸੋ ਅਸੀਂ ਸੀਓ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਨਿਰੋਲ ਸੇਵਾ ਸੁਸਾਇਟੀ ਤਰਫੋਂ, ਜਿਨ੍ਹਾਂ ਨੇ ਖਾਸ ਤੌਰ 'ਤੇ ਜੋ ਪ੍ਰਬੰਧ ਕੀਤੇ ਨੇ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਹੈ, ਸੋ ਸੁਸਾਇਟੀ ਤਰਫੋਂ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰਾਂਗਾ ਡਿਪਟੀ ਸੈਕਟਰੀ ਐਡਮਨ ਪ੍ਰੋਜੈਕਟ ਮੈਨੇਜਮੈਂਟ ਯੂਨਿਟ, ਜਿਵੇਂ ਬੈਕ ਬੋਨ ਕਵਾਂ ਤਾਂ ਮਾੜਾ ਹੋਏਗਾ, ਇਹਨਾਂ ਦੇ ਨਾ ਕਵਾਂ ਤਾਂ ਮਾੜਾ ਹੋਏਗਾ। ਸੋ ਬਹੁਤ ਸਾਰੀਆਂ ਸੇਵਾਵਾਂ ਨੇ ਡਾਕਟਰ ਸਾਹਿਬ ਅਬੂ ਬਕਰ ਸਾਹਿਬ ਤੋਂ ਬਾਅਦ ਉਹਨਾਂ ਦੀ ਸੁਪਰਵੀਜ਼ਨ ਦੇ ਨਾਲ ਸੈਫੁੱਲਾ ਖੋਖਰ ਸਾਹਿਬ ਜੋ ਸੇਵਾਵਾਂ ਨਿਭਾ ਰਹੇ ਸੀ ਕਰਤਾਰਪੁਰ ਸਾਹਿਬ, ਅਸੀਂ ਪ੍ਰਬੰਧਕ ਹੋਣ ਦੇ ਨਾਤੇ, ਸੇਵਾਦਾਰ ਹੋਣ ਦੇ ਨਾਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸੋ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਕਿ ਉਹ ਵੀ ਸਟੇਜ 'ਤੇ ਆਉਣ ਅਤੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਸਨਮਾਨ ਕੀਤਾ ਜਾ ਰਿਹਾ ਹੈ ਸੋਢੀ ਸਾਹਿਬ ਦੀ ਤਰਫੋਂ ਸਤਿਕਾਰਯੋਗ ਗਿਆਨੀ ਗੋਬਿੰਦ ਸਿੰਘ ਜੀ ਦਾ, ਉਹਨਾਂ ਨੂੰ ਸ੍ਰੀ ਸਾਹਿਬ ਭੇਟ ਕੀਤੀ ਜਾ ਰਹੀ ਹੈ। ਬੋਲੇ ਸੋ ਨਿਹਾਲ। ਸੋ ਮੈਂ ਗਿਆਨੀ ਜੀ ਨੂੰ ਵੀ ਬੇਨਤੀ ਕਰਾਂਗਾ, ਪ੍ਰਧਾਨ ਪਾਤਸ਼ਾਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਮੇਸ਼ ਸਿੰਘ ਕਰੋੜਾ ਜੀ ਦਾ ਵੀ ਸਨਮਾਨ ਕੀਤਾ ਜਾਣਾ ਹੈ। ਸੋ ਆਪ ਵੀ ਉਸ ਵੱਲੋਂ ਔਰ ਉਹਨਾਂ ਤੱਕ ਫਿਰ ਤੁਸੀਂ ਜਿਹੜਾ ਉਹ ਪਹੁੰਚਾ ਦੇਣਾ ਜੀ। ਸੋ ਸਨਮਾਨ ਕੀਤਾ ਜਾ ਰਿਹਾ ਪਾਤਸ਼ਾਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਜੀ ਅਰੋੜਾ ਉਹਨਾਂ ਦਾ। ਸਤਿ ਸ੍ਰੀ ਅਕਾਲ। ਸੋ ਹੁਣ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਹੈਡ ਗ੍ਰੰਥ ਸੋਰੀ ਰਾਗੀ ਸਿੰਘ ਭਾਈ ਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨੂੰ ਕਿਉਂ ਵੀ ਸਟੇਜ 'ਤੇ ਆਉਣ ਗੁਰੂ ਘਰ ਦੀ ਬਖਸ਼ਿਸ਼, ਨਿਰੋਲ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਸੋਢੀ ਪਾਸੋਂ ਪ੍ਰਾਪਤ ਕਰਨ ਜੀ। ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ। ਗੁਰੂ ਘਰ ਦੇ ਸੇਵਾਦਾਰ ਭਾਈ ਜਸਪਾਲ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਭਾਈ ਵਿਕਰਮ ਸਿੰਘ ਜੀ, ਭਾਈ ਚਾਂਦ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਗ੍ਰੰਥੀ ਸਿੰਘ ਸਾਹਿਬਾਨ ਦੇ ਵਜੋਂ ਸੇਵਾ ਨਿਭਾ ਰਹੇ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਟੇਜ 'ਤੇ ਆ ਕੇ ਗੁਰੂ ਘਰ ਦੀ ਬਖਸ਼ਿਸ਼। ਇਕੱਤਰ ਹੋ ਕੇ ਸਾਰੀ ਇੱਕੋ ਕਮਰੇ ਜਾਂਦੇ ਹੋ, ਤੁਹਾਨੂੰ ਇਕੱਠਾ ਸਨਮਾਨ ਕੀਤਾ ਜਾਣਾ। ਬੋਲੇ ਸੋ ਨਿਹਾਲ ਭਾਈ। ਭਾਈ ਵਿਕਰਮ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਉਣ ਦੀ ਗੁਰੂ ਘਰ ਦੀ ਬਖਸ਼ਿਸ਼ ਦਾ ਪ੍ਰਾਪਤ ਕਰਨ। ਸਰਦਾਰ ਸ੍ਰੀ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਜੋ ਕਿ ਖਾਸ ਤੌਰ 'ਤੇ ਸੀਓ ਸਾਹਿਬ ਨੇ ਕਿਹਾ ਸੀ ਕਿ ਜੀ ਤੁਸੀਂ ਉਹਨਾਂ ਨੂੰ ਲਾਜ਼ਮੀ ਬੁਲਾਓ ਗੱਤਕੇ ਦੀ ਸੇਵਾ ਵਾਸਤੇ।
ਭਾਈ ਵਿਕਰਮ ਸਿੰਘ ਦਾ ਸਨਮਾਨ ਕੀਤਾ ਜਾਣਾ ਹੈ। ਬੋਲੇ ਸੋ ਨਿਹਾਲ। ਸੋ ਸਰਦਾਰ ਸ੍ਰੀ ਸਿੰਘ ਉਹਨਾਂ ਦਾ ਜਥਾ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਕਰੋ। ਪਹਿਲੇ ਭਾਈ ਜਗਤਾਰ ਸਿੰਘ ਗ੍ਰੰਥੀ ਜਗਤਾਰ ਸਿੰਘ ਜੀ, ਭਾਈ ਜਗਤਾਰ ਸਿੰਘ ਜੀ ਦਾ ਸਨਮਾਨ ਕੀਤਾ ਜਾਣਾ ਹੈ। ਰੋਜ਼ ਸੇਵਾ ਸੁਸਾਇਟੀ ਦਾ ਸੇਵਾ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਦੀ ਤਰਫੋਂ ਹੋਇਆ ਹੈ ਕਿ ਆਪ ਜੀ ਜੋ ਪੂਰਾ ਗੱਤਕਾ ਟੀਮ ਲੈ ਕੇ ਆਏ ਉਸ ਤੋਂ ਪਹਿਲੇ ਤਾਂ ਧੰਨਵਾਦ ਕਰਦੇ ਹਾਂ ਤੁਹਾਡਾ ਦੀ ਤਰਫੋਂ, ਔਰ ਨਾਲ ਹੀ ਨਾਲ ਤੁਹਾਡਾ ਪੂਰਾ ਜੋ ਗੱਤਕਾ ਦੀ ਟੀਮ ਹੈ ਤੁਹਾਨੂੰ ਅਸੀਂ ਇੱਥੇ ਪੀਐਮ ਦੀ ਤਰਫੋਂ ਅੱਜ ਹੀ ਨੌਕਰੀ ਤੁਹਾਡੀ ਸੀਓ ਸਾਹਿਬ ਨੇ ਲੈ ਦਿੱਤੀ ਹੈ। ਪਾਤਸ਼ਾਹ ਤੁਹਾਡੇ ਆਪਣੀ ਬਖਸ਼ਿਸ਼ ਬਣਾਏ ਰੱਖਣ। ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰੂੰਗਾ ਵੀਰ ਇੰਦਰਜੀਤ ਸਿੰਘ ਜੀ ਨੂੰ ਕਿ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ, ਵੀ ਸਨਮਾਨ ਲੈਣ। ਸੋ ਮੈਂ ਭਾਈ ਸ੍ਰੀ ਸਿੰਘ ਦੀ ਪੂਰੀ ਜੋ ਟੀਮ ਹੈ ਗੱਤਕਾ ਟੀਮ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਸੋ ਭਾਈ ਹਰਵਿੰਦਰ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸਟੇਜ 'ਤੇ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਇਹ ਵੀ ਨਾਲ ਹੀ ਆਏ ਨੇ ਜੋ ਨਗਰ ਕੀਰਤਨ ਆਇਆ ਉਹਨਾਂ ਦੇ ਨਾਲ ਭਾਈ ਹਰਵਿੰਦਰ ਸਿੰਘ ਜੀ, ਔਰ ਉਸ ਤੋਂ ਬਾਅਦ ਪ੍ਰੋਫੈਸਰ ਬਹਾਦਰ ਸਿੰਘ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸਟੇਜ 'ਤੇ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਸਰਦਾਰ ਕਵਰ ਸਿੰਘ ਖਾਲਸੇ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸਟੇਜ 'ਤੇ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਸੋ ਮੈਂ ਬੇਨਤੀ ਕਰਾਂਗਾ ਪਾਸਟਰ ਅਯੂਬ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਅਕਾਬ ਆਲਮ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ, ਸ਼ਹਿਬਾਜ਼ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ।
ਅਸਰ ਤੇ ਚੱਲਣਾ ਬੇਨਤੀ ਹੈ ਭਾਈ ਅਸਰ ਉਹ ਵੀ ਸਟੇਜ ਤੇ ਆ ਕੇ ਗੁਰੂ ਘਰ ਦੇ ਬਖਸ਼ਿਸ਼ ਦਾ ਮੁਖਤਾਰ ਮਸੀਹ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ, ਚਾਰ ਮਸੀਹ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪਣੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਰਦਾਰ ਮਸੀਹ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਹੈ ਕੋਈ ਸਟੇਜ ਤੇ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ। ਰੋਬਨ ਕਦੀਰ ਦੇ ਚਰਨਾਂ ਵਿੱਚ ਬੇਨਤੀ ਹੈ ਕੋਈ ਸਟੇਜ ਤੇ ਆਣ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਭਾਈ ਕੁਲਵੰਤ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਦੀ ਇਤਿਹਾਸ ਦੇ ਗੁਰੂ ਘਰ ਦੀ ਕੋਸ਼ਿਸ਼ ਕਰਨ ਦੀ। ਭਾਈ ਕੁਲਵੰਤ ਸਿੰਘ ਜੀ ਸੰਗਤੀ ਰੂਪ ਵਿੱਚ ਕੋਈ ਵੀ ਪੰਜ ਸਿੰਘ ਜੋ ਪੰਡਾਲ ਚ ਬੈਠੇ ਨੇ ਉਹਨਾਂ ਦੇ ਚਰਨਾਂ ਦੀ ਬੇਨਤੀ ਹੈ ਭਾਈ ਸਾਹਿਬ ਜੀ ਆ ਜਾਓ, ਆਦਰ ਸਨਮਾਨ ਕੀਤਾ ਜਾਣਾ ਹੈ। ਭਾਈ ਮੱਖਣ ਸਿੰਘ ਦੇ ਚਰਨਾਂ ਦੀ ਬੇਨਤੀ ਹੈ, ਭਾਈ ਮੱਖਣ ਸਿੰਘ ਦੇ ਚਰਨਾਂ ਦੀ ਬੇਨਤੀ ਹੈ ਕੋਈ ਸਟੇਜ ਤੇ ਆਣ ਕੇ ਗੁਰੂ ਘਰ ਦੀ ਕੋਸ਼ਿਸ਼ ਕਰੋ। ਭਾਈ ਸਾਹਿਬ ਜੀ ਆ ਜਾਓ, ਆਦਰ ਸਨਮਾਨ ਕੀਤਾ ਜਾਣਾ ਹੈ। ਸੰਗਤ ਦੇ ਚਰਨਾਂ ਦੀ ਬੇਨਤੀ ਹੈ ਕਿ ਮੇਰੀ ਬੈਕ ਸਾਈਡ ਤੇ ਗੁਰੂ ਘਰ ਦੀ ਰਹਿਤ ਮਰਿਆਦਾ ਅਨੁਸਾਰ ਕੜਾ ਪ੍ਰਸ਼ਾਦੀ ਦੇਗ ਵਰਤਾਈ ਜਾ ਰਹੀ ਹੈ। ਆਪ ਜੀ ਗੁਰੂ ਘਰ ਦੀ ਕੜਾ ਪ੍ਰਸ਼ਾਦੀ ਦੇਗ ਲੈ ਕੇ ਸੱਜੇ ਪਾਸੇ ਲੰਗਰ ਪ੍ਰਸ਼ਾਦ ਤੁਹਾਡੇ ਵਾਸਤੇ ਤਿਆਰ ਹੈ। ਲੰਗਰ ਪ੍ਰਸ਼ਾਦ ਚੱਕ ਕੇ ਭਾਈ ਸਾਹਿਬ ਆਪਦੇ ਚਰਨਾਂ ਦੀ ਬੇਨਤੀ ਹੈ। ਭਾਈ ਸਾਹਿਬ ਜੀ, ਭੈਣ ਜੀ ਔਰ ਭਾਈ ਸਾਹਿਬ, ਆਪਦਾ ਸਨਮਾਨ ਕੀਤਾ ਜਾਣਾ ਹੈ। ਭਾਈ ਸੁਖ ਮੋਹਨ ਪਾਲ ਸਿੰਘ ਦਾ ਸਨਮਾਨ ਕੀਤਾ ਜਾਣਾ ਜੀ, ਪਾਤਸ਼ਾਹ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਜੀ। ਭਾਈ ਸੁਖ ਮੋਹਨ ਪਾਲ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਪੰਜਾਬ ਤੋਂ ਹਾਂਜੀ ਸੋ ਨਿਹਾਲ ਜ਼ਿਲ੍ਹਾ ਮੁਕਤਸਰ ਸਾਹਿਬ ਹੀ ਲੱਗਦਾ ਜ਼ਿਲ੍ਹਾ। ਬਾਬਾ ਮਨਜੀਤ ਸਿੰਘ ਜੀ ਅਗਰ ਮੇਰੀ ਆਵਾਜ਼ ਸੁਣ ਰਹੇ ਨੇ, ਜੋ ਸਾਡੀ ਪਾਕਿਸਤਾਨ ਦੀ ਸ਼ਸਤਰਾਂ ਦੀ ਟੀਮ ਹੈ, ਉਹਨਾਂ ਦੀ ਤਰਫੋਂ ਬੇਨਤੀ ਹੈ ਕਿ ਜੋ ਸ਼ਸਤਰ ਆਪ ਨਾਲ ਲੈ ਕੇ ਆਇਓ ਉਹ ਇੱਥੇ ਹੀ ਤੁਸੀਂ ਭੇਟ ਕਰਕੇ ਜਾਇਓ। ਗੁਰੂ ਪਾਤਸ਼ਾਹ ਤੁਹਾਡੀ ਹਾਜ਼ਰੀ ਔਰ ਤੁਹਾਡੀ ਸੇਵਾ ਕਬੂਲਣ ਜੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।